ਹਾਂਜੀ ਸਤਿ ਸ਼੍ਰੀ ਅਕਾਲ ਬਾਈ, ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਜਣੇ ਵਧੀਆ ਹੋਵੋਗੇ, ਠੀਕ ਠਾਕ ਹੋਵੋਗੇ। ਸਵਾਗਤ ਹੈ ਤੁਹਾਡਾ ਸਾਡੇ ਯੂਟਿਊਬ ਚੈਨਲ ਅਤੇ ਅੱਜ ਦੀ ਵੀਡੀਓ ਦੇ ਵਿੱਚ। ਠੀਕ ਆ, ਅੱਜ ਦੀ ਵੀਡੀਓ ਜਿਹੜੀ ਹੈਗੀ ਆਪਾਂ ਬੁਟੀਕ ਤੋਂ ਹੀ ਸਟਾਰਟ ਕਰ ਰਹੇ ਹਾਂ, ਬਿਕੋਜ਼ ਪਹਿਲਾਂ ਜਾਣਾ ਜਿੰਮ, ਜਿੰਮ ਵਾਸਤੇ ਹੋ ਗਏ ਆਪਾਂ ਰੈਡੀ। ਉਹਦੇ ਲਈ ਆਪਾਂ ਤੁਹਾਨੂੰ ਫੁੱਲ ਆਊਟਫਿਟ ਦਿਖਾ ਦਿੰਦੇ ਹਾਂ। ਲਓ ਬਾਈ, ਜਿੰਮ ਲਈ ਆਪਾਂ ਆਊਟਫਿਟ ਰੈਡੀ ਕਰ ਲਈ ਆ, ਠੀਕ ਹੈ। ਤੁਸੀਂ ਦੇਖ ਸਕਦੇ ਹੋ ਨਿਓਨ ਸ਼ੇਡ ਆਪਾਂ ਟੀ ਸ਼ਰਟ ਪਾਈ ਹੈ, ਬਲੈਕ ਆਪਾਂ ਲੋਅਰ ਪਾਈ ਹੈ, ਅਤੇ ਨਾਲ ਨਿਓਨ ਸ਼ੇਡ ਦੇ ਹੀ ਆਪਾਂ ਸ਼ੂ ਪਾਇਆ, ਸਨੀਕਰ ਪਾਇਆ, ਕਿਉਂਕਿ ਅੱਜ ਹੈਗਾ ਆਪਣਾ ਲੈਗ ਡੇ, ਠੀਕ ਹੈ। ਤਾਂ ਅੱਜ ਆਪਾਂ ਲਾਉਣੀ ਆ ਲੈਗ, ਅਤੇ ਨਾਲ ਕਰਨਾ ਆਪਾਂ ਕਾਰਡੀਓ। ਹੁਣ ਚੱਲਿਆ ਆਪਾਂ ਜਿੰਮ, ਠੀਕ ਹੈ। ਜਿੰਮ ਤੋਂ ਬਾਅਦ ਆਪਾਂ ਮਿਲਦੇ। ਬਈ ਜਿੰਮ ਆਪਾਂ ਲਾਇਆ ਏ, ਠੀਕ ਆ। ਅੱਜ ਮੇਰੀ ਤੇ ਗਗਨ ਦੀ ਹੋ ਗਈ ਮੈਚਿੰਗ, ਠੀਕ ਆ। ਬਸ ਗਗਨ ਨੇ ਹੋਰ ਸ਼ੂ ਪਾਇਆ, ਮੈਂ ਮੈਚਿੰਗ ਵਾਲੇ ਪਾਏ ਹੋਏ ਆ। ਅਤੇ ਆਪਾਂ ਗਏ ਸੀ ਜਿੰਮ, ਜਿੰਮ ਆਪਾਂ ਲਾਇਆ ਏ, ਠੀਕ ਆ। ਅਤੇ ਹੁਣ ਆਪਾਂ ਚੱਲੇ ਹਾਂ ਬਾਜ਼ਾਰ ਵੱਲ ਨੂੰ, ਥੋੜ੍ਹਾ ਜਿਹਾ ਕੰਮ ਕਰਕੇ ਆਉਣਾ। ਅਤੇ ਮੌਸਮ ਆ ਜਿਹੜਾ ਪੂਰਾ ਹੀ ਘੈਂਟ ਹੋਇਆ ਪਿਆ, ਮੂੰਹ ਅਸੀਂ ਬੰਨ ਲਏ, ਜਦੋਂ ਮੀਂਹ ਆ ਗਿਆ ਚਾਹੇ ਮੂੰਹ ਖੋਲ ਲਈਏ, ਸਾਡੇ ਕਿਹੜਾ ਮੇਕਅਪ ਕੀਤਾ ਵੀ ਉਤਰ ਜਾਣਾ, ਠੀਕ ਆ। ਅਤੇ ਆ ਕੇ ਤੁਹਾਨੂੰ ਸੂਟ ਵਗੈਰਾ ਵੀ ਦਿਖਾਵਾਂਗੇ, ਸਾਰਾ ਕੁਛ, ਐਵਰੀਥਿੰਗ, ਠੀਕ ਆ। ਦੁਪੱਟਾ ਫੜਨ ਜਾਣਾ ਸੀ ਜ਼ਰੂਰੀ ਆਪਾਂ ਡਾਈ ਤੋਂ, ਤਾਂ ਉਹ ਫੜ ਲਿਆਈਏ। ਅਤੇ ਜੁਝਾਰ ਸਿੰਘ ਜੀ ਸੌਂ ਗਏ ਨੇ, ਠੀਕ ਆ। ਵੈਰੀ ਗੁੱਡ ਬੇਟਾ, ਧਿਆਨ ਰੱਖਿਓ। ਅਤੇ ਮੈਂ ਤੁਹਾਨੂੰ ਦਿਖਾਵਾਂ ਵੀ ਮੌਸਮ ਇੰਨਾ ਕੁ ਜ਼ਿਆਦਾ ਔਸਮ ਹੋਇਆ ਪਿਆ ਨਾ, ਦੇਖੋ ਮੀਂਹ ਪਈ ਜਾਂਦਾ, ਕਹਿੰਦੇ ਜਿੱਥੋਂ ਅਸੀਂ ਕੰਮ ਕਰਨ ਜਾਣਾ ਉੱਥੇ ਮੀਂਹ ਪਈ ਜਾਂਦਾ। ਦੇਖਦੇ ਹਾਂ ਬਣਦਾ ਕੀ ਆ ਫਿਰ। ਗਗਨਾ ਚੱਲੀਏ, ਨਾਲੇ ਸਕੂਟੀ ਫੁੱਲ ਕਰਾਵਾਂਗੇ, ਚੱਕ ਚਾਬੀ, ਚੱਕ ਸਕੂਟੀ ਦੀ। ਸੋਹਣਿਆ, ਬੜਾ ਰੋਮੈਂਟਿਕ ਮੌਸਮ ਹੈ, ਆ ਜਾਵੇ ਮੀਂਹ ਪੈਂਦਾ, ਸਾਡੀਆਂ ਫਸਲਾਂ ਲੰਮੀਆਂ ਵਿਛਗੀਆਂ, ਕਹਿ ਉਹ ਮੌਸਮ ਹੋਇਆ ਪਿਆ ਅੱਜ। ਠੰਡੀ ਠੰਡੀ ਹਵਾ ਚੱਲ ਰਹੀ ਆ, ਪੂਰੀ ਘੈਂਟ ਹਵਾ ਚੱਲ ਰਹੀ ਆ, ਬਸ ਦੱਸ ਹੀ ਨਹੀਂ ਸਕਦੇ। ਸੌਣ ਦਾ ਮਹੀਨਾ ਨਾ, ਤੀਆਂ ਤੂਆਂ ਵੀ ਮਨਾਈਏ ਆਪਾਂ। ਲਓ ਬਈ, ਇੱਥੇ ਤਾਂ ਮੀਂਹ ਪੈ ਗਿਆ, ਆ ਗਿਆ ਮੀਂਹ, ਠੀਕ ਹੈ। ਦੇਖੋ ਸੜਕਾਂ ਹੋ ਗਈਆਂ ਗਿੱਲੀਆਂ, ਪੈਂਦੀਆਂ ਨੇ ਕਣੀਆਂ, ਟੈਂਟਡ ਹੈ ਗਗਨ, ਕਿੰਨਾ ਵਧੀਆ ਲੱਗਦਾ, ਇੰਨਾ ਕੀ ਬਣਾ ਚਾਹੀਦਾ। ਪਰ ਸਕੂਟਰੀ ਅਤੇ ਕੱਪੜੇ ਫੁੱਲ ਭਿੱਜ ਚੁੱਕੇ ਨੇ ਮੇਰੇ, ਹੈਂ ਕਿੰਨੂ ਹੀ ਪੈ ਗਿਆ ਨਾ ਇੱਕ ਮਿੰਟ ਜੇ 'ਚ। ਪਰ ਮੈਂ ਕਿਹਾ ਸੀ ਵੀ ਗਗਨ ਮੀਂਹ ਬਹੁਤ ਆਊਗਾ। ਨਾਲੇ ਖੁਸ਼ ਹੁੰਦੀ ਹੋਊਗੀ, ਵਧੀਆ, ਮਾੜੀ ਮੋਟੀ ਗਰਮੀ ਘਟੂ, ਜ਼ਿਆਦਾ ਪੈ ਜੇ ਹੁਣ ਅੱਜ ਤੇ ਕੱਲ੍ਹ ਦੋ ਦਿਨ ਪੈ ਜੇ। ਦੇਖ ਲਓ ਨਾ ਪਿੱਛੇ ਕਿੰਨਾ ਮੀਂਹ ਸੀਗਾ, ਇੱਥੇ ਸੁੱਕ ਹੀ ਪਿਆ ਸਾਰਾ, ਐਂ ਹੁੰਦਾ ਬੁੱਤ, ਜਿੱਥੇ ਬੱਦਲ ਹੁੰਦਾ ਉੱਥੇ ਹੀ ਪੈਂਦਾ, ਉੱਥੇ ਪਈ ਜਾਂਦਾ। ਇੱਥੇ ਹੁਣ ਮਾੜੀ ਮਾੜੀ ਕਿਣ ਪੈਣਾ ਹੈ ਨਾ, ਉਹ ਦੇਖ ਕਿੰਨਾ ਪਾਣੀ ਆ। ਲਓ ਬਈ, ਉੱਧਰ ਸੀਗਾ ਮੀਂਹ ਬਹੁਤ ਜ਼ਿਆਦਾ, ਤਾਂ ਕਰਕੇ ਅਸੀਂ ਕੱਢ ਲਈ ਸਕੂਟਰੀ ਇੱਧਰਲੇ ਪਾਸੇ ਦੀ। ਮੈਨੂੰ ਨਹੀਂ ਲੱਗਦਾ ਅੱਗੇ ਰਸਤਾ ਹੋਊਗਾ, ਪਰ ਮਿਲ ਜੂਗਾ ਕੋਈ ਨਾ ਗਗਨ, ਮੈਂ ਲੈ ਕੇ ਆਈ ਹਾਂ ਨਾ ਤੈਨੂੰ, ਤਾਂ ਅੱਗੇ ਜ਼ਰੂਰ ਲੈ ਕੇ ਜਾਵਾਂ। ਅੰਕਲ ਵੀ ਜਾਂਦੇ ਆ ਤਾਂ ਰਸਤਾ ਜ਼ਰੂਰ, ਮੈਨੂੰ ਲੱਗਦਾ ਬੰਦ ਆ ਬਈ, ਪਹਿਲਾਂ ਲੱਗਿਆ ਰਸਤਾ ਬੰਦ ਆ। ਇੱਧਰ ਹੀ ਮੁੜ, ਇੱਧਰੋਂ ਹੀ ਉਹ ਸਾਹਮਣੇ ਵਾਲੀ ਗਲੀ ਮੁੜ ਜਾ, ਇੱਧਰੋਂ ਇੱਧਰ ਹੋ ਜਾ, ਹਾਂ ਇਹ ਚੱਲ ਵੀ ਸਾਹਮਣੇ ਨਿਕਲ ਗਿਆ ਨਾ, ਹੁਣ ਇੱਧਰ ਸਿੱਧੇ ਹੀ ਪਾ ਲਈ ਇੱਧਰ, ਠੀਕ ਹੈ ਲੈਫਟ ਸਾਈਡ। ਲਓ ਵੀ ਇੱਧਰ ਮੀਂਹ ਘੱਟ ਆਗਾ, ਤਾਂ ਕਰਕੇ ਅਸੀਂ ਇੱਧਰ ਦੀ ਪਾ ਲਈ ਸਕੂਟੀ। ਹੁਣ ਪਹਿਲਾਂ ਗਗਨ ਨੇ ਮਰਵਾਤਾ ਸੀ, ਐਕਸੀਡੈਂਟ ਕਰਾਤਾ ਸੀਗਾ, ਫੋਰਚੂਨਰ ਦੇ ਮੂੰਹ 'ਤੇ ਲੰਘਦੀ ਸੀ, ਐਂ ਤਾਂ ਦੇਖ ਲਾ ਵੀ ਗੱਡੀ ਕਿਹੜੀ ਉਹ ਤਾਂ ਫੋਰਚੂਨਰ ਦੇ ਮੂੰਹ 'ਤੇ ਕਦੇ ਵੀ ਨਹੀਂ ਜਾਈਦਾ ਹੁੰਦਾ, ਕਿਉਂਕਿ ਉਹਦੇ ਮੂਹਰੇ ਪਤਾ ਨਹੀਂ ਲੱਗਦਾ ਹੁੰਦਾ ਛੋਟੀ ਗੱਡੀ ਦਾ, ਸਮਝ ਗਿਆ ਤੂੰ, ਅੱਗੇ ਤੂੰ ਧਿਆਨ ਰੱਖਣਾ ਗਾ।
ਲੋ ਬਈ ਸਾਡੇ ਬੰਨੀ ਮੀਂਹ ਹੀ ਨਹੀਂ ਪਾਇਆ ਰੱਬ ਨੇ, ਸਾਰੇ ਪ੍ਰਣਾਲੀ 'ਚ ਪਾ ਕੇ ਸਾਡਾ ਏਰੀਆ ਛੱਡ ਤਾ, ਸਾਡੇ ਨਾਲ ਧੋਖਾ ਹੋ ਗਿਆ ਬਹੁਤ। ਲੋ ਬਈ ਆਪਾਂ ਕੰਮ ਕਰਿਆ ਏ, ਬੰਦ ਕਰੋ ਇਸਕੋ। ਡਰ ਗਈ ਕੁੜੀ ਮੇਰੇ ਤੋਂ, ਦੇਖੋ ਬਹੁਤ ਡਰਾ ਕੇ ਰੱਖੀ ਦਾ। ਹੁਣ ਆਪਾਂ ਚੱਲਿਆ ਬਈ, ਇਸ ਚੱਲਿਆ ਕੌਫੀ ਪੀਣ। ਤੇਰੇ ਨਾਮ ਦੀ ਵੀ ਕਹਾਂਗੇ, ਚੱਲ ਠੀਕ। ਹਾਂ ਪੱਕਾ, ਠੀਕ ਹੈ, ਓਕੇ ਡਨ, ਠੀਕ ਹੈ। ਬਸ ਅਸੀਂ ਪੀ ਕੇ ਆਉਣੇ ਆ ਕੌਫੀ, ਫਿਰ ਆਉਣੇ ਆ ਤੁਹਾਡੇ ਕੋਲ ਦੁਬਾਰੇ, ਠੀਕ ਆ। ਤੁਹਾਡਾ ਜੀ ਲਵਾਉਣ ਕਿ ਰਜਾਈਏ ਹੁਣ ਇਹਨੂੰ, ਜਿੱਦ ਹੁਣ ਮੈਨੂੰ ਉਹ ਲਾ ਤਾ ਨਾ, ਰੀਸ ਲਾ ਤੀ, ਹੁਣ ਇਹਨੇ ਕੰਮ ਨਹੀਂ ਕਰਨਾ ਫਿਰ ਉਹਨਾਂ ਦਾ, ਫਿਰ ਹੁਣ ਧਿਆਨ ਹੀ ਉੱਧਰ ਹੋਇਆ ਪਿਆ। ਚੱਲ ਚੱਲੀਏ ਬੁੱਤ, ਅੱਜ ਤੈਨੂੰ ਕੱਲ੍ਹ ਨੂੰ ਤੈਨੂੰ ਪਿਆ ਕੇ ਲਿਆਉਂ, ਠੀਕ ਆ, ਐਂ ਠੀਕ ਆ, ਓਕੇ। ਹਾਂ ਅਸੀਂ ਫੁੱਲ ਕਰਾ ਕੇ ਲਿਆਉਣਾ ਟੈਂਕੀ, ਵੀ ਉਹ ਤੋਂ ਤੇਲ ਵਧੀਆ ਪੈਂਦਾ, ਹੋਰ ਨਹੀਂ ਕੋਈ ਚੱਕਰ। ਲਓ ਬਈ ਆਪਾਂ ਹੋ ਗਿਆ ਰੈਡੀ, ਠੀਕ ਆ। ਰੈਡੀ ਰੂੜੀ ਦਾ ਕੀ ਆ, ਕੰਘਾ ਹੈ ਨਹੀਂ ਸੀ ਕੋਲੇ, ਬਾਲਾਂ 'ਤੇ ਕੰਘਾ ਵੀ ਨਹੀਂ ਮਾਰਿਆ, ਅਸੀਂ ਬਾਲ 'ਚ ਲੈ ਕੇ ਵੱਗ ਗਈਆਂ ਅਸੀਂ ਤਾਂ ਬਸ। ਚਲੋ ਕੋਈ ਗੱਲ ਨਹੀਂ, ਆਊਟਲੈਟ ਵਾਲੇ ਰਾਹ 'ਤੇ ਰਿੱਕੀ ਬਿਨਾਂ ਜਾ ਰਹੇ ਹਾਂ ਅੱਜ ਅਸੀਂ, ਹੈ ਨਾ ਰਗੜ, ਇਹ ਤਾਂ ਸਾਡੇ ਨਾਲ ਰਿੱਕੀ ਹੋ ਜਾਂਦਾ ਹੁੰਦਾ ਗਾ। ਲਓ ਬਈ ਆਪਾਂ ਚੱਲੇ ਹਾਂ ਹੁਣ ਵਾਪਸੀ 'ਤੇ ਜਾਂਦਿਆਂ ਨੂੰ ਸਾਡੇ ਗੈਸਟ ਬੈਠੇ ਨੇ, ਹੁਣ ਦੁੱਧ ਹੈ ਨਹੀਂ ਸੀਗਾ ਉੱਥੇ, ਤਾਂ ਪਹਿਲਾਂ ਦੁੱਧ ਲਵਾਂਗੇ ਅਤੇ ਠੰਡਾ ਵਗੈਰਾ ਲੈ ਲਾਂਗੇ। ਤੁਸੀਂ ਐਂ ਦੇਖੋ ਬਾਈ, ਕੋਟਲੀ ਅਬਲੂ ਤੋਂ ਇਹ ਸਪੈਸ਼ਲ ਪ੍ਰਣਾਲੇ ਆਉਂਦੀ ਆ ਡੇਲੀ, ਅਤੇ ਮੇਰਾ ਭਰਾ ਜਿਉਂਦਾ ਵੱਸਦਾ ਰਹੇ ਜਿਹੜਾ ਇਹਨੂੰ ਡੇਲੀ ਲੈ ਕੇ ਆਉਂਦਾ। ਆਹ ਸਾਡੇ ਅੰਕਲ ਆਂਟੀ ਵੀ ਆਏ, ਜੋ ਉਹਦੇ ਮੰਮਾ ਨੇ, ਉਹ ਜੋ ਉਹਦੇ ਪਾਪਾ ਨੇ, ਹੈਨਾ ਸਪੈਸ਼ਲ ਮੇਰੇ ਕੋਲ ਲੈ ਕੇ ਆਈਆਂ, ਕਿਉਂਕਿ ਮੇਰੇ ਮੰਮੀ ਪਾਪਾ ਵੀ ਨੇ ਨਾ ਫਿਰ। ਠੀਕ ਆ, ਗੁੱਡ, ਵਧੀਆ ਕੁੜੀ ਆ ਤੂੰ, ਸਿਆਣੀ ਕੁੜੀ ਹੋ ਗਈ ਹੁਣ ਤੂੰ। ਲਓ ਬਾਈ ਬੱਚੇ ਕੰਮ ਕਰਕੇ ਬੈਠ ਚੁੱਕੇ ਨੇ, ਗਰਮੀ ਬਹੁਤ ਜ਼ਿਆਦਾ ਆ, ਠੀਕ ਹੈ, ਅਤੇ ਇੱਧਰ ਬੱਚੇ ਬੱਤੀਆਂ ਬੁੱਤੀਆਂ ਖਾ ਕੇ ਬੈਠ ਚੁੱਕੇ ਨੇ। ਦੱਸੋ ਸਾਰਿਆਂ ਨੇ ਗਾਈ, ਓਏ ਓਏ ਲਕਸ਼ਮੀ ਡਿੱਗੀ ਜਾਂਦੀ ਹੈ, ਚੱਕੋ ਇਹਨੂੰ, ਚੱਕੋ ਲਕਸ਼ਮੀ, ਲਕਸ਼ਮੀ ਨੂੰ ਚੱਕੋ ਅਤੇ ਗਲੇ 'ਚ ਪਾਓ, ਠੀਕ ਹੈ ਬਾਈ। ਲਿਆਓ ਬਾਈ ਚਾਹ, ਲਿਆਓ ਚਾਹ, ਚਾਹ ਹੋਈ ਪੀਏ ਬਸ। ਹਾਂਜੀ ਬਾਈ, ਤਾਂ ਜੋਤ ਵਰਗੇ ਚਲੇ ਗਏ ਨੇ, ਠੀਕ ਆ, ਅਤੇ ਜੋਤ ਵਰਗੇ ਗਏ ਤਾਂ ਆਪਣਾ ਬਲੌਗ ਜਿਹੜਾ ਆਪਾਂ ਕੰਟੀਨਿਊ ਕਰਦੇ ਹਾਂ, ਠੀਕ ਹੈ। ਅਤੇ ਕੱਲ੍ਹ ਨੂੰ ਹੈਗਾ ਤਕਦੀਰ ਦਾ ਬਰਥਡੇ, ਕੱਲ੍ਹ ਨੂੰ ਜਾਣਾ ਆਪਾਂ ਬਰਥਡੇ 'ਤੇ, ਉਹਦੇ ਵਾਸਤੇ ਅੱਜ ਆਪਾਂ ਗਿਫਟ ਵੀ ਲੈ ਕੇ ਆਉਣਾ, ਦੇਖਦੇ ਹਾਂ ਕੀ ਲੈ ਕੇ ਜਾਣਾ ਗਾ, ਕੀ ਕਰਨਾ ਗਾ, ਠੀਕ ਹੈ। ਫਿਲਹਾਲ ਚਲੋ ਆਪਾਂ ਤੁਹਾਡੇ ਨਾਲ ਗੱਲਬਾਤ ਕਰਨੀ ਸੀਗੀ, ਕੱਲ੍ਹ ਆਪਾਂ ਜਿਹੜਾ ਬਲੌਗ ਪਾਇਆ ਸੀ ਉਹਦੇ ਕੁਸ਼ਚਨ ਆਨਸਰ ਜਿੰਨੇ ਵੀ ਹੈਗੇ ਆ, ਮੈਂ ਤੁਹਾਡੇ ਨਾਲ ਉਹ, ਠੀਕ ਆ, ਸਾਂਝੇ ਕਰਨਾ ਚਾਹੁੰਦੀ ਹਾਂ। ਅਤੇ ਇੱਕ ਤਾਂ ਕੁੜੀ ਨੇ ਕਿਹਾ ਸੀਗਾ ਵੀ ਦੀਦੀ ਤੁਸੀਂ ਵਟਸਐਪ 'ਤੇ ਵੀ ਰਿਪਲਾਈ ਕਰ ਦਿਓ ਜੀ, ਮੈਂ ਜੁੱਤੀ ਦਾ ਪੁੱਛਣਾ ਸੀ। ਕੋਈ ਗੱਲ ਨਹੀਂ ਬਈ, ਅਸਲ ਦੇ ਵਿੱਚ ਮੈਨੂੰ ਕਈ ਵਾਰ ਟਾਈਮ ਨਹੀਂ ਲੱਗਦਾ, ਬਸ ਹੋਰ ਕੋਈ ਚੱਕਰ ਨਹੀਂ, ਜਦੋਂ ਵੀ ਮੈਨੂੰ ਟਾਈਮ ਲੱਗਿਆ ਮੈਂ ਜ਼ਰੂਰ ਰਿਪਲਾਈ ਕਰੂੰਗੀ, ਰਾਤ ਨੂੰ ਰਿਪਲਾਈ ਕਰ ਦਿੰਦੀ ਹਾਂ, ਠੀਕ ਹੈ। ਅਤੇ ਇੱਕ ਕੁੜੀ ਨੇ ਕਿਹਾ ਸੀਗਾ ਦੀਦੀ ਮੇਰੀ ਵਾਈਫ ਦੀ ਮਦਰ ਦੀ ਡੈਥ ਹੋ ਗਈ ਸੀ, ਤਾਂ ਉਹਨਾਂ ਨੂੰ ਕੋਈ ਕੰਮ ਨਹੀਂ ਆਉਂਦਾ ਸੀ ਜਦੋਂ ਸਾਡੀ ਮੈਰਿਜ ਹੋਈ, ਬਸ ਇੱਕ ਚਾਹ ਤੋਂ ਬਿਨਾਂ ਸਾਰਾ ਕੰਮ ਮੇਰੀ ਮੰਮੀ ਤੋਂ ਸਿੱਖਿਆ ਉਹਨਾਂ ਨੇ, ਮੇਰੀ ਮੰਮੀ ਨੇ ਵੀ ਉਹਨਾਂ ਨੂੰ ਆਪਣੀ ਬੇਟੀ ਦੀ ਤਰ੍ਹਾਂ ਹੀ ਸਿਖਾਇਆ ਗਾ ਸਾਰਾ ਕੰਮ। ਦੇਖੋ ਬਈ ਠੀਕ ਆ, ਜ਼ਰੂਰੀ ਨਹੀਂ ਹੁੰਦਾ, ਕੱਲ੍ਹ ਤੁਹਾਨੂੰ ਇਹੀ ਚੀਜ਼ ਕਹੀ ਸੀ ਵੀ ਕਿਸੇ ਨੂੰ ਸਾਰਾ ਕੰਮ ਆਉਂਦਾ ਹੋਵੇ, ਠੀਕ ਆ। ਥੈਂਕ ਯੂ ਬਾਈ, ਤੁਸੀਂ ਮੇਰੀ ਸਪੋਰਟ ਕੀਤੀ, ਠੀਕ ਹੈ। ਕੜੀ 60 ਮਿੰਟ 'ਚ ਬਣਦੀ ਆ, ਠੀਕ ਹੈ ਭੈਣੇ, ਥੈਂਕ ਯੂ ਸੋ ਮੱਚ, ਮਤਲਬ 1 ਘੰਟੇ 'ਚ ਬਣਦੀ ਆ, ਤੁਸੀਂ ਸਾਨੂੰ ਦੱਸਤਾ, ਥੈਂਕ ਯੂ। ਹਾਏ ਕੜੀ ਵਾਲਾ ਮੁੱਦਾ ਸਿਰਾ ਲਾਤਾ ਦੀ, ਹੱਸ ਹੱਸ ਕੇ ਢਿੱਡ ਵੀੜ ਹੋ ਗਈ,
ਹੋਰ ਬਾਈ ਕੜੀ ਵਾਲਾ ਮੁੱਦਾ ਹੀ ਬਾਹਲਾ ਵੱਡਾ ਬਣ ਗਿਆ। ਕੜੀ ਤੋਂ ਜ਼ਿਆਦਾ ਜੋਤ ਕਹਿੰਦੀ ਮੈਂ ਕੜੀ ਚਾਵਲ ਖਾਣੇ, ਮੈਂ ਕਿਹਾ ਦੇਖ ਬਾਈ ਹੁਣ ਤਾਂ ਦੁਕਾਨ 'ਤੇ ਹਾਂ, ਘਰੇ ਚੱਲ ਕੜੀ ਚਾਵਲ ਬਣਾਉਣੇ ਆ, ਇਸ ਬਹਾਨੇ ਮੈਂ ਕੜੀ ਸਿੱਖ ਲੂੰਗੀ ਬਣਾਉਣੀ, ਠੀਕ ਹੈ ਤੈਨੂੰ ਕੜੀ ਚਾਵਲ ਖਵਾ ਦਾਂਗੀ। ਅਤੇ ਕਹਿੰਦੀ ਕੋਈ ਗੱਲ ਨਹੀਂ ਦੀ, ਮੈਨੂੰ ਵੀ ਨਹੀਂ ਆਉਂਦੀ ਕੜੀ, ਸਾਗ ਵੀ ਨਹੀਂ ਆਉਂਦਾ ਮੈਨੂੰ। ਬਾਈ ਦੇਖੋ ਹਰ ਇੱਕ ਨੂੰ ਹਰ ਇੱਕ ਕੰਮ ਨਹੀਂ ਆਉਂਦਾ ਹੁੰਦਾ। ਵਧੀਆ ਲੱਗਿਆ ਤੁਸੀਂ ਸਾਰਿਆਂ ਨੇ ਮੈਨੂੰ ਪੋਜ਼ੀਟਿਵ ਰਿਪਲਾਈ ਦਿੱਤੇ ਆ। ਦੀਦੀ ਮੈਂ ਵੀ ਬਰਨਾਲੇ ਨਾਲੇ ਦੇ ਪਿੰਡ ਤੋਂ ਹਾਂ, ਮੈਂ ਵੀ ਆਪਣੀ ਮੈਰਿਜ ਤੋਂ ਤੁਹਾਡੇ ਤੋਂ ਸੂਟ ਰੈਡੀ ਕਰਵਾਉਣੇ। ਕਹਿੰਦੀ ਮੈਂ ਵੀ ਬਾਈ ਆਪਦੀ ਮੈਰਿਜ ਵੇਲੇ ਤੁਹਾਡੇ ਤੋਂ ਸੂਟ ਰੈਡੀ ਕਰਵਾਉਣੇ ਆ। ਥੈਂਕ ਯੂ ਭੈਣੇ, ਜ਼ਰੂਰ ਕਰਵਾਇਓ, ਐਨੀ ਟਾਈਮ ਮੋਸਟ ਵੈਲਕਮ ਵੀਰੇ, ਮੋਸਟ ਵੈਲਕਮ। ਦੀ ਨੈਗੇਟਿਵ ਲੋਕਾਂ 'ਤੇ ਧਿਆਨ ਨਾ ਦਿਆ ਕਰੋ, ਕੁਛ ਤੋਂ ਲੋਕ ਕਹੇਗੇ। ਹਾਂ ਧਿਆਨ ਨਹੀਂ, ਮੈਂ ਧਿਆਨ ਮੈਂ ਉਹ ਉਵੇਂ ਰਿਪਲਾਈ ਨਹੀਂ ਕਰਦੀ ਹੁੰਦੀ, ਮੈਂ ਰਿਪਲਾਈ ਕਰਦੀ ਹੁੰਦੀ ਹਾਂ ਜਿਹੜੇ ਮੈਨੂੰ ਦੇਖਦੇ ਆ। ਵੀ ਤੁਹਾਨੂੰ ਵੀ ਕੋਈ ਐਂ ਕਹਿੰਦਾ ਨਾ ਤਾਂ ਪੋਜ਼ੀਟਿਵ ਹੋ ਜਾਇਆ ਕਰੋ, ਡਜ਼ ਨੋਟ ਮੈਟਰ। ਆਪਾਂ ਨੂੰ ਐਡੀ ਚੀਜ਼ ਮੈਟਰ ਨਹੀਂ ਕਰਦੀ ਹੈਗੀ ਬਈ, ਕਿ ਜਿਹਨੇ ਕਹਿਣਾ ਕਹੀ ਜਾਣ। ਵੀ ਕੜੀ ਵਾਲੇ ਕਮੈਂਟ 'ਤੇ ਤੁਸੀਂ ਬੜਾ ਸੋਹਣਾ ਰਿਐਕਟ ਕੀਤਾ, ਥੈਂਕ ਯੂ ਭੈਣੇ, ਥੈਂਕ ਯੂ ਸੋ ਮੱਚ, ਬਹੁਤ ਗ੍ਰੇਟ ਵੀਡੀਓ ਜੀ, ਤੁਸੀਂ ਸਾਡੇ ਨੇਮ ਵੀ ਲਿਓ ਵੀਡੀਓ 'ਚ। ਹਾਂਜੀ ਅਮਨਦੀਪ ਕੌਰ ਸਿੱਧੂ 9816। ਹਾਂ ਭੈਣੇ ਤੇਰਾ ਨਾਮ ਲੈਤਾ ਮੈਂ, ਤੁਹਾਡਾ ਕੋਲਜ ਦਾ, ਅਸੀਂ ਤੁਹਾਡੇ ਕੋਲਜ ਦੇ ਫਰੈਂਡ ਹਾਂ ਅਮਨ। ਮੈਂ ਕਮੈਂਟ ਵੀ ਕਰਦੀ ਤੁਹਾਨੂੰ ਇੰਸਟਾਗ੍ਰਾਮ 'ਤੇ ਫੋਲੋ ਕੀਤਾ, ਕਮੈਂਟ ਵੀ ਕਰਦੀ ਹਾਂ, ਤੁਹਾਡਾ ਵਰਕ ਵੀ ਬਹੁਤ ਗ੍ਰੇਟ ਆ। ਥੈਂਕ ਯੂ ਅਮਨ, ਥੈਂਕ ਯੂ, ਲੋਟਸ ਆਫ ਰਿਸਪੈਕਟ ਭੈਣੇ, ਬਹੁਤ ਸਾਰਾ ਪਿਆਰ ਤੇਰੀ ਫੈਮਿਲੀ ਨੂੰ, ਤੈਨੂੰ ਵਾਧੂ ਰਿਸਪੈਕਟ ਭੈਣੇ ਦਿਲੋਂ, ਥੈਂਕ ਯੂ ਸੋ ਮੱਚ ਭੈਣੇ। ਜੇ ਤੂੰ ਵੀਡੀਓਜ਼ ਦੇਖਦੀ ਹਾਂ, ਜਦੋਂ ਤੁਸੀਂ ਕੜੀ ਬਣਾਉਣ ਵਾਲੀ ਦੀ ਕਲਾਸ ਲਗਾ ਰਹੇ ਸੀ, ਮੈਂ ਵਲੌਗ ਦੇਖ ਰਹੀ ਸੀ, ਮੈਨੂੰ ਡਰ ਲੱਗੀ ਤੁਸੀਂ ਫੋਨ 'ਚੋਂ ਬਾਹਰ ਨਾ ਆ ਜਾਓ, ਤੁਸੀਂ ਜੋਕ ਦੀਦੀ, ਜਸਟ ਜੋਕ ਦੀਦੀ, ਖੁਸ਼ ਰਹੋ, ਤੁਸੀਂ ਹੋਰ ਤਰੱਕੀ ਕਰੋ। ਥੈਂਕ ਯੂ ਭੈਣੇ, ਥੈਂਕ ਯੂ, ਕਿਉਂਕਿ ਪਤਾ ਕੀ ਆ, ਉਹ ਜਿਹੜੀ ਕੜੀ ਵਾਲੀ ਗੱਲ ਸੀ ਨਾ, ਮੈਨੂੰ ਮਤਲਬ ਮੈਨੂੰ ਹਾਸੀ ਆ ਰਹੀ ਸੀ ਵੀ ਉਹਨੂੰ ਹੋਰ ਕੋਈ ਟੌਪਿਕ ਨਹੀਂ ਮਿਲਿਆ। ਉਹਨੇ ਕਿਹਾ ਕਿ ਕਹਿੰਦੀ ਕੜੀ ਬਣਾਉਣੀ ਸਿੱਖ ਲੈ ਹੱਦ ਹੋ ਗਈ। ਤੂੰ ਭੈਣੇ ਮੈਨੂੰ ਐਂ ਕਹਿ ਵੀ ਤੂੰ ਹੋਰ ਕੰਮ ਸਿੱਖ ਲਾ, ਠੀਕ ਆ, ਕੜੀ ਬਣਾਉਣੀ ਸਿੱਖ ਲੈ, ਕੋਈ ਨਾ ਸਿੱਖ ਜਾਊ ਤਾਂ ਮੈਂ ਕਦੋਂ ਮਰਜ਼ੀ, ਘਰ ਦੇ ਸਾਰੇ ਜੀਆਂ ਨੂੰ ਕੜੀ ਆਉਂਦੀ ਆ, ਮੈਨੂੰ ਇਕੱਲੀ ਨਹੀਂ, ਇਕੱਲੀ ਨੂੰ ਨਹੀਂ ਆਉਂਦੀ ਹੋਊਗੀ, ਕੋਈ ਗੱਲ ਨਹੀਂ, ਕਿੱਡੀ ਗੱਲ ਆ। ਇੱਕ ਕੁੜੀ ਕਹਿੰਦੀ, ਮਨਜੀਤ ਕੁੜੀ ਕਹਿੰਦੀ, ਦੀਦੀ ਮੈਂ ਵੀ ਨਹੀਂ ਬਣਾਈ ਕਦੇ ਜੀ, ਫਿਰ ਕੀ ਆ, ਬਸ ਠੀਕ ਆ, ਤੁਸੀਂ ਮੇਰੇ ਨਾਲ ਹੋ ਬਾਈ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਨੂੰ ਤਾਂ ਦੀ ਸਕੂਟੀ ਨਹੀਂ ਆਉਂਦੀ, ਮੈਨੂੰ ਡਰ ਲੱਗਦਾ, ਸਕੂਟੀ ਕੋਈ ਬਾਹਲਾ ਵੱਡਾ ਮੁੱਦਾ ਨਹੀਂ ਬਾਈ, ਜੇ ਤੈਨੂੰ ਸਾਈਕਲ ਆਉਂਦਾ ਤਾਂ ਸਕੂਟੀ ਤੂੰ ਸਿੱਖ ਲਈ, ਆਰਾਮ ਨਾਲ ਸਿੱਖ ਸਕਦੀ ਹੈ, ਕੋਈ ਚੱਕਰ ਨਹੀਂ, ਸਿੱਖ ਲਾ। ਵੀ ਡਿਲੀਵਰੀ ਤੋਂ ਬਾਅਦ ਪਿਗਮੈਂਟੇਸ਼ਨ ਬਹੁਤ ਹੋ ਗਈ, ਮੈਡੀਸਨ ਨਾਲ ਵੀ ਕੋਈ ਫਰਕ ਨਹੀਂ ਪੈਂਦਾ, ਬੇਬੀ ਇਹਦਾ ਬੇਬੀ ਫੀਡ ਕਰਨ ਨਾਲ ਵੀ ਕੋਈ ਲਿੰਕ ਆ। ਹਾਂ ਬਾਈ, ਬੇਬੀ ਫੀਡ ਕਰਨ ਨਾਲ ਬਹੁਤ ਵੱਡਾ ਲਿੰਕ ਆ ਸਾਈਆਂ ਦਾ, ਬਿਕੋਜ਼ ਜਦੋਂ ਬੇਬੀ ਫੀਡ ਲੈਣੋਂ ਹਟ ਗਿਆ ਫਿਰ ਤੁਹਾਡੀਆਂ ਸਾਈਆਂ ਪ੍ਰੋਪਰ ਠੀਕ ਹੋਣ ਲੱਗਣੀਆਂ, ਜਿਵੇਂ ਮੈਂ ਟ੍ਰੀਟਮੈਂਟ ਲੈ ਰਹੀ ਹਾਂ, ਬਟ ਥੋੜ੍ਹੀਆਂ ਥੋੜ੍ਹੀਆਂ ਹੈਗੀਆਂ ਨੇ ਹਾਲੇ ਵੀ, ਪ੍ਰੋਪਰ ਠੀਕ ਨਹੀਂ ਹੋ ਰਹੀਆਂ ਹਾਲੇ, ਜਦੋਂ ਬੇਬੀ ਫੀਡ ਲੈਣੋਂ ਹਟ ਗਿਆ ਉਦੋਂ ਪ੍ਰੋਪਰ ਠੀਕ ਹੋ ਜਾਣਗੀਆਂ। ਇਹ ਮੈਨੂੰ ਚੀਜ਼ ਜਿਨ੍ਹਾਂ ਤੋਂ ਮੈਂ ਟ੍ਰੀਟਮੈਂਟ ਲੈਂਦੀ ਹਾਂ, ਰੂਬੀ ਸੈਣੀ ਦੀ ਨੇ ਮੈਨੂੰ ਦੱਸਿਆ ਸੀਗਾ। ਮੈਨੂੰ ਤਾਂ ਤੁਹਾਡੀਆਂ ਗੱਲਾਂ ਬਹੁਤ ਵਧੀਆ ਲੱਗਦੀਆਂ ਨੇ, ਪੋਜ਼ਿਟਿਵ ਮਿਲਦਾ। ਦਲਜੀਤ, ਥੈਂਕ ਯੂ ਬਾਈ, ਥੈਂਕ ਯੂ ਸੋ ਮੱਚ ਭੈਣੇ, ਤੈਨੂੰ ਮੇਰੀਆਂ ਗੱਲਾਂ ਵਧੀਆ ਲੱਗਦੀਆਂ। ਰਮਨਦੀਪ ਕਹਿੰਦੀ, ਦੀਦੀ ਜੀ ਮੈਨੂੰ ਸੱਚੀ ਤੁਸੀਂ ਬਹੁਤ ਨਾਈਸ ਲੱਗਦੇ ਹੋ, ਔਰ ਨਿੱਕੂ ਵੀ, ਮੈਂ ਜਦੋਂ ਵੀ ਇੰਡੀਆ ਆਈ ਦੀਦੀ ਜੀ ਇਟਲੀ ਤੋਂ, ਮੈਂ ਤੁਹਾਨੂੰ ਜ਼ਰੂਰ ਮਿਲਣ ਆਵਾਂਗੀ। ਮੋਸਟ ਵੈਲਕਮ ਭੈਣੇ, ਜ਼ਰੂਰ ਆਇਓ, ਠੀਕ ਆ, ਤੁਹਾਡਾ ਆਪਦਾ ਬੁਟੀਕ ਆ ਬਾਈ, ਐਨੀ ਟਾਈਮ। ਹਰਪ੍ਰੀਤ ਕੌਰ, ਡੀਅਰ ਥਰਡ ਟਾਈਮ ਪੁੱਛ ਰਹੀ ਹਾਂ, ਪਲੀਜ਼ ਦੱਸੋ ਜੀ ਲੋਰੀਅਲ 116 ਸ਼ੇਡ ਸਟੇਅ ਕਰਦਾ ਜਾਂ ਨਹੀਂ ਕਰਦਾ। ਵੀਰੇ ਸਟੇਅ ਮੇਰੇ ਤਾਂ ਕੀਤਾ ਗਾ ਸਟੇਅ ਉਹਨੇ, ਲਿਪਸਟਿਕ ਦਾ ਕਲਰ, ਬਾਕੀ ਤੁਸੀਂ ਦੇਖ ਲਿਓ ਯੂਜ਼ ਕਰਕੇ, 900 ਦੀ ਲਿਪਸਟਿਕ ਹੈਗੀ, ਅਗਰ ਸਟੇਅ ਨਹੀਂ ਕਰਦੀ ਤਾਂ ਵੇਸਟ ਆਫ ਮਣੀ ਆ, ਨਹੀਂ ਸਟੇਅ ਕਰਦੀ ਆ। ਬਟ ਇੱਕ ਗੱਲ ਕਹਾਂ, ਕਈ ਵਾਰ ਨਾ 9000 ਦੀ ਲਿਪਸਟਿਕ ਵੀ ਨਹੀਂ ਸਟੇਅ ਕਰਦੀ ਹੁੰਦੀ,
ਜਿਵੇਂ ਮੈਂ ਨਾ ਕੱਜਲ ਕੋਈ ਵੀ ਪਾਲਾਂ, ਜਿਵੇਂ ਨੀਚੇ ਆਈਲਾਈਨਰ ਨਾ ਪਾਲਾਂ, ਕਹੇ ਜਿਹਾ ਮਰਜ਼ੀ ਕੱਜਲ ਹੋਵੇ, ਮੇਰੀਆਂ ਅੱਖਾਂ 'ਚ ਸਟੇਅ ਨਹੀਂ ਕਰਦਾ, ਉਵੇਂ ਲਿਪਸਟਿਕ ਵੀ ਅਲੱਗ ਅਲੱਗ ਹੁੰਦਾ ਬਾਈ। ਠੀਕ ਹੈ, ਟਰਾਈ ਕਰਕੇ ਦੇਖਿਓ ਤੁਸੀਂ, ਤੁਸੀਂ ਨਾ ਨਾਇਕਾ 'ਤੇ ਟਰਾਈ ਕਰਕੇ ਦੇਖਿਓ ਇੱਕ ਵਾਰੀ, ਜੇ ਤੁਸੀਂ ਅੰਮ੍ਰਿਤਸਰ ਗਏ ਉੱਥੇ ਸਟੋਰ ਬਣਿਆ ਹੋਇਆ, ਤੁਹਾਨੂੰ ਟਰਾਈ ਕਰਨ ਨੂੰ ਦੇ ਦੇਣਗੇ, ਉਹਨਾਂ ਕੋਲ ਟੈਸਟਰ ਹੁੰਦੇ ਆ। ਸੰਦੀਪ ਕੌਰ ਕਹਿੰਦੀ ਕੋਈ ਗੱਲ ਨਹੀਂ ਜੀ, ਅਸੀਂ ਤੁਹਾਡੇ ਘਰ ਆਉਂਦੇ ਹਾਂ, ਸਾਨੂੰ ਪਤਾ ਵੀ ਤੁਹਾਨੂੰ ਸਾਰੇ ਕੰਮ ਆਉਂਦੇ ਆ, ਤੁਸੀਂ ਬਹੁਤ ਕੰਮ ਕਰਦੇ ਹੋ, ਸਭ ਤੋਂ ਵੱਡੀ ਗੱਲ ਆ ਤੁਸੀਂ ਸਾਰਿਆਂ ਨਾਲ ਖੁਸ਼ ਹੋ ਕੇ ਮਿਲਦੇ। ਥੈਂਕ ਯੂ ਸੰਦੀਪ, ਥੈਂਕ ਯੂ ਸੋ ਮੱਚ ਭੈਣੇ, ਬਹੁਤ ਸਾਰਾ ਪਿਆਰ ਤੁਹਾਨੂੰ। ਮੇਰੀਆਂ ਤਾਂ ਕੁੜੀਆਂ ਨੂੰ ਵੀ ਫਿਕਰ ਹੋ ਗਿਆ ਸੀ ਵੀ ਦੀਦੀ ਵੀ ਸਾਨੂੰ ਤਾਂ ਕਦੇ ਫਿਕਰ ਹੋਇਆ ਨਹੀਂ ਵੀ ਤੁਹਾਨੂੰ ਕੋਈ ਕੰਮ ਨਹੀਂ ਆਉਂਦਾ, ਵੀ ਇਹਨਾਂ ਨੂੰ ਬਾਹਲਾ ਹੋ ਗਿਆ। ਸਿਰਾ ਕਰਦੇ ਹੋ ਦੀਦੀ ਗੱਲ ਤੁਸੀਂ, ਥੈਂਕ ਯੂ ਭੈਣੇ। ਗਗਨ ਸਲਵਾਰ ਓਪਨ ਕਰਕੇ ਦਿਖਾ ਦਿਓ ਹੁਣ ਨਾ, ਜਿੱਦਣ ਆਪਾਂ ਸਲਵਾਰ ਬਣਾਵਾਂਗੇ ਮੈਂ ਤੁਹਾਨੂੰ ਉਦਣ ਦਿਖਾ ਦੂੰਗੀ ਬਾਈ। ਠੀਕ ਹੈ, ਨੇਹਾ ਕਹਿੰਦੀ ਤੁਸੀਂ ਤਾਂ ਬਹੁਤ ਵਧੀਆ ਹੋ, ਸਾਰਾ ਕੁਝ ਦੱਸ ਦਿੰਦੇ ਹੋ, ਸਕਿੰਨ ਕੇਅਰ ਵੀ ਸਾਰਾ ਕੁਛ, ਮੈਂ ਤਾਂਹੀਓ ਤੁਹਾਨੂੰ ਫੋਲੋ ਕੀਤਾ ਹੋਇਆ, ਮੇਰਾ ਫੇਸ ਤਾਂ ਸੱਚੀ ਬਹੁਤ ਵਧੀਆ ਹੋ ਗਿਆ। ਥੈਂਕ ਯੂ ਭੈਣੇ, ਜੇ ਤੁਸੀਂ ਫੋਲੋ ਕਰਦੇ ਹੋ ਤੁਹਾਡਾ ਫੇਸ ਵਧੀਆ ਹੋ ਗਿਆ, ਸੁਣ ਕੇ ਵਧੀਆ ਲੱਗਿਆ, ਪੋਜ਼ਿਟਿਵਿਟੀ ਮਿਲਦੀ ਹੈ ਬਾਈ। ਦੀਦੀ ਫੇਸ ਨੂੰ ਮੋਟਾ ਕਰਨ ਬਾਰੇ ਕੋਈ ਐਕਸਰਸਾਈਜ਼ ਦੱਸੋ। ਦੇਖ ਭੈਣੇ, ਮੇਰਾ ਫੇਸ ਤਾਂ ਪਹਿਲਾਂ ਹੀ ਮੋਟਾ ਸੀਗਾ, ਮੈਂ ਤਾਂ ਪਤਲੇ ਕਰਨ 'ਤੇ ਜ਼ੋਰ ਦਿੱਤਾ ਹੋਇਆ ਗਾ, ਬਟ ਹਾਂ ਮੈਂ ਸਰਚ ਜ਼ਰੂਰ ਕਰੂੰ, ਜੇ ਆਪਾਂ ਨੂੰ ਮੋਟੇ ਕਰਨ ਦੀ ਐਕਸਰਸਾਈਜ਼ ਮਿਲਦੀ ਆ ਤਾਂ ਜ਼ਰੂਰ। ਠੀਕ ਹੈ, ਬਾਕੀ ਪਤਾ ਕਿਆ ਹੈ, ਜੇ ਮੋਟਾ ਫੇਸ ਕਰਨ ਵਾਲੀ ਐਕਸਰਸਾਈਜ਼ ਮੈਨੂੰ ਪਤਾ ਨਹੀਂ ਬਈ ਹਾਲੇ, ਬਾਕੀ ਮੈਂ ਦੇਖੂੰਗੀ ਜੇ ਮੈਨੂੰ ਪਤਾ ਲੱਗਿਆ ਤਾਂ। ਥੈਂਕ ਯੂ ਫੋਰ ਆਨਸਰਿੰਗ ਮਾਈ ਕੁਐਸਚਨ, ਕੋਈ ਨਾ ਭੈਣੇ ਕੋਈ ਚੱਕਰ ਨਹੀਂ। ਦੀਦੀ ਤੁਸੀਂ ਮਾਤਾ ਸਾਹਿਬ ਕੌਰ ਕਾਲਜ 'ਚ ਪੜ੍ਹੇ ਹੋ ਤਲਵੰਡੀ ਸਾਬੋ? ਹਾਂ ਬਾਈ, ਮੈਂ ਉੱਥੇ ਪੜ੍ਹੀ ਸੀਗੀ, 3 ਸਾਲ ਪੜ੍ਹੀ ਸੀਗੀ। ਤੁਹਾਡਾ ਨੇਚਰ ਬਹੁਤ ਵਧੀਆ ਦੀਦੀ ਜੀ, ਥੈਂਕ ਯੂ ਸੋ ਮੱਚ ਭੈਣੇ। ਜੱਗੀ ਡੰਡੀਆਲ, ਤੁਸੀਂ ਬਹੁਤ ਵਧੀਆ ਹੋ ਦੀਦੀ, ਸਭ ਤੋਂ ਵਧੀਆ ਦੋਸਤੀ ਬਹੁਤ ਸਟਰੋਂਗ ਆ ਅਤੇ ਲੌਂਗ ਹੈ, ਟੱਚ ਵੁੱਡ ਇੱਦਾਂ ਹੀ ਰਹੇ, ਵਾਹਿਗੁਰੂ ਸਾਰੀ ਫੈਮਿਲੀ ਨੂੰ ਵਧੀਆ ਰੱਖੇ। ਪਰਮਿੰਦਰ ਕੌਰ, ਥੈਂਕ ਯੂ ਪਰਮਿੰਦਰ ਭੈਣੇ, ਬਹੁਤ ਬਹੁਤ ਧੰਨਵਾਦ ਤੁਹਾਡਾ। ਹੈਲੋ ਦੀ ਬੁਟੀਕ ਖੋਲ੍ਹਣ ਲਈ ਕੀ ਗੱਲਾਂ ਇੰਪੋਰਟੈਂਟ ਨੇ? ਸਪੈਸ਼ਲ ਵਲੋਗ ਬਣਾਵਾਂਗੇ ਬਾਈ ਇਹਦੇ ਲਈ ਆਪਾਂ ਵੀ। ਵਾਟਰਪਰੂਫ ਲਾਈਨਰ ਮਸਕਾਰਾ ਕਿਹੜਾ ਪਲੀਜ਼ ਦੱਸਿਓ ਬਈ। ਵਾਟਰਪਰੂਫ ਜਿਹੜਾ ਲਾਈਨਰ ਮਸਕਾਰਾ ਹੁੰਦਾ ਗਾ, ਦੇਖੋ ਵੈਸੇ ਤਾਂ ਲੈਕਮੀ ਦਾ ਵੀ ਵਧੀਆ ਹੁੰਦਾ, ਮੇਰੇ ਤਾਂ ਅੱਜ ਤੱਕ ਲਿਆ ਨਹੀਂ ਹੈਗਾ, ਅਤੇ ਲਿਪਸਟਿਕ ਲੋਰੀਅਲ ਦੀ ਵਧੀਆ ਹੁੰਦੀ ਹੈ, ਵਾਟਰਪਰੂਫ ਲਾਈਨਰ ਆ ਜਿਹੜਾ ਲੈਕਮੀ ਦਾ ਵੀ ਵਧੀਆ ਹੁੰਦਾ, ਬਾਕੀ ਜੈੱਲ ਵਾਲੇ ਵਧੀਆ ਹੁੰਦੇ ਆ। ਠੀਕ ਆ, ਇਹ ਟੈਸਟਰ ਟਰਾਈ ਕਰਕੇ ਦੇਖਣੇ ਪੈਂਦੇ ਆ। ਸੈਕਿੰਡ ਕਮੈਂਟ, ਮੈਂ ਤੁਹਾਡੀ ਬਹੁਤ ਵੱਡੀ ਫੈਨ ਆ, ਸਾਰਾ ਵਲੌਗ ਦੇਖਦੀ ਹਾਂ ਤੁਹਾਡੀ। ਕਿਰਨਪ੍ਰੀਤ, ਥੈਂਕ ਯੂ ਸੋ ਮੱਚ ਕਿਰਨਪ੍ਰੀਤ ਭੈਣੇ, ਬਹੁਤ ਸਾਰਾ ਪਿਆਰ। ਕਿੰਮੀ ਕਹਿੰਦੀ ਜੀ ਤੁਸੀਂ ਮੇਰੇ ਕਮੈਂਟ ਦਾ ਰਿਪਲਾਈ ਨਹੀਂ ਕੀਤਾ, ਥੈਂਕ ਯੂ। ਵਾਟਰਪਰੂਫ ਲਿਪਸਟਿਕ ਪੁੱਛਿਆ ਸੀ ਮੈਂ ਤੁਹਾਨੂੰ, ਸੋਰੀ ਭੈਣੇ ਮੈਨੂੰ ਪਤਾ ਨਹੀਂ ਲੱਗਿਆ ਹੋਣਾ। ਹਨੀ ਗਿੱਲ ਕਹਿੰਦੀ ਜੀ ਤੁਹਾਡੇ ਵੱਲੋਂ ਪੋਜ਼ਿਟਿਵ ਵਾਈਬ ਆਉਂਦੀ ਆ, ਥੈਂਕ ਯੂ ਸੋ ਮੱਚ ਬਈ। ਲੋਕਾਂ ਨੂੰ ਜਿਹੜਾ ਕੁਛ ਕਹੀ ਨਾ ਕਹੀ ਜਾਣ ਦਿਓ, ਤੁਸੀਂ ਮੈਨੂੰ ਆਹ ਕਮੈਂਟ ਕਰਕੇ ਹੋਰ ਪੋਜ਼ਿਟਿਵ ਕਰ ਦਿੰਦੇ। ਗਗਨਦੀਪ ਕਹਿੰਦੀ ਜ਼ਰੂਰੀ ਨਹੀਂ ਹੁੰਦਾ ਸਭ ਕੋ ਆਉਂਦਾ ਹੋਵੇ, ਬੈਟਰ ਉਹ ਚੀਜ਼ ਆ ਦੇਖੀ ਜਾਵੇ ਜਿਸ 'ਚ ਤੁਸੀਂ ਐਕਸਪਰਟ ਹੋ, ਐਗਜ਼ਾਮਪਲ ਸਟਿਚਿੰਗ, ਸੋ ਨੋਟ ਕੰਸਨਟ੍ਰੇਟ ਔਰ ਨੈਗੇਟਿਵ ਵਿਊਜ਼, ਆਲਵੇਜ਼ ਵੀ ਪੋਜ਼ਿਟਿਵ, ਪੋਜ਼ਿਟਿਵ ਹੀ ਰਹਿੰਦੇ ਹਾਂ ਬਾਈ। ਇਹ ਤਾਂ ਮੈਂ ਤੁਹਾਡੇ ਵਾਸਤੇ ਵੀਡੀਓ ਬਣਾਉਣੀ ਹੁੰਦੀ ਹਾਂ ਵੀ ਲੋਕ ਬਹੁਤ ਕੁਛ ਬੋਲਦੇ ਨੇ, ਜੋ ਮੈਨੂੰ ਬੋਲ ਸਕਦੇ ਤਾਂ ਤੁਹਾਨੂੰ ਤਾਂ ਬਹੁਤ ਕੁਛ ਬੋਲਦੇ ਹੋਣਗੇ, ਤਾਂ ਲੀਵਟ ਕਰਿਆ ਕਰੋ, ਇੱਕ ਕੰਨ 'ਚ ਪਾ ਕੇ ਦੂਜੇ ਕੰਨ 'ਚੋਂ ਕੱਢ ਦਿਆ ਕਰੋ। ਠੀਕ ਆ, ਇਹ ਲੋਕਾਂ ਦੀ ਇਹੋ ਜਿਹੀ ਸੋਚ ਹੁੰਦੀ ਆ, ਲੋਕਾਂ ਦੀ ਆਪਾਂ ਸੋਚ ਨੂੰ ਖਤਮ ਨਹੀਂ ਕਰ ਸਕਦੇ। ਠੀਕ ਹੈ ਬਾਈ, ਤਾਂ ਖੁਸ਼ ਰਿਹਾ ਕਰੋ। ਬਾਕੀ ਸੂਟ ਆਪਣਾ ਕੱਲ੍ਹ ਵਾਲਾ ਕੋਟਨ ਵਾਲਾ ਤਿਆਰ ਹੋ ਗਿਆ, ਹੁਣ ਮੈਂ ਤੁਹਾਨੂੰ ਉਹ ਸੂਟ ਦਿਖਾਉਣੀ। ਲਓ ਬਈ ਸ਼ਰਟ ਬਈ ਆਪਾਂ ਆਹ ਬਣਾਈ ਆ, ਠੀਕ ਆ ਤੁਸੀਂ ਦੇਖ ਲਓ ਡਿਜ਼ਾਇਨ ਸ਼ਰਟ ਦਾ। ਠੀਕ ਆ, ਬਹੁਤ ਹੀ ਜ਼ਿਆਦਾ ਸੋਹਣਾ ਡਿਜ਼ਾਇਨ ਆ ਜਿਹੜਾ ਰੈਡੀ ਹੋਇਆ, ਕੋਟਨ ਦਾ ਸੂਟ ਆ ਇਹ। ਠੀਕ ਹੈ, ਅਤੇ ਇਹਦੇ ਵਿੱਚ ਆਪਾਂ ਲਾਈਨਿੰਗ ਲਗਾਈ ਆ, ਬਿਕੋਜ਼ ਇਹ ਥੋੜ੍ਹਾ ਜਿਹਾ ਪਤਲਾ ਸੀਗਾ ਸੂਟ। ਠੀਕ ਹੈ, ਆਹ ਵਾਲੀ ਸ਼ਰਟ ਬਣੀ ਆ, ਅਤੇ ਬੋਟਮ 'ਤੇ ਇਹਦੀ ਵਰਕ ਕਰਵਾਇਆ ਹੋਇਆ, ਵੱਡੇ ਫਲਾਰ ਵਾਲੀ ਬਣਾਈ ਹੋਈ ਆ, ਬੋਟਮ ਦਿਖਾ ਦਿਓ ਪੁੱਤ, ਬੋਟਮ ਇਹਦੀ ਆਹ ਵਾਲੀ ਆ ਬਾਈ, ਸੈਲਫ ਪ੍ਰਿੰਟ ਵਾਲੀ। ਠੀਕ ਆ, ਅਤੇ ਆਹ ਵਾਲਾ ਬੋਟਮ 'ਤੇ ਵਰਕ ਕੀਤਾ ਹੋਇਆ ਗਾ, ਬਹੁਤ ਹੀ ਜ਼ਿਆਦਾ ਸੋਹਣਾ ਸੂਟ ਆ ਜਿਹੜਾ ਬਣ ਰਿਹਾ। ਬਾਕੀ ਡੰਮੀ 'ਤੇ ਇਹਦੀ ਫੋਟੋ ਆਪਾਂ ਅਲੱਗ ਕਰਨੀ ਆ, ਚੁੱਪ ਕਰ ਜਾਓ ਬੱਚੇ, ਮੈਂ ਵੀਡੀਓ ਬਣਾਈ ਇਹਨਾਂ ਨਾਲ ਬਾਅਦ 'ਚ ਬੋਲ ਪਿਓ।
ਤੇ ਆਹ ਤੁਸੀਂ ਦੇਖ ਸਕਦੇ ਹੋ ਵਰਕ ਬੜਾ ਸੋਹਣਾ ਕੀਤਾ ਹੋਇਆ, ਬਹੁਤ ਪਿਆਰਾ ਸਫਾਈ। ਤੁਸੀਂ ਸਾਡੇ ਵਰਕ ਵੀ ਚੈੱਕ ਕਰ ਸਕਦੇ ਹੋ ਬਈ, ਇਕੱਲਾ ਵਰਕ ਵੀ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ। ਦੁਪੱਟਾ ਇਹਦੇ ਨਾਲ ਆਪਾਂ ਕਰਵਾਇਆ ਗਾ, ਠੀਕ ਹੈ, ਚਨੂਨ ਦਾ, ਚਨੂਨ ਦਾ ਦੁਪੱਟਾ ਬਲੈਕ ਕਲਰ ਦਾ, ਅਤੇ ਇਹਦੇ ਉੱਤੇ ਸੇਮ ਲੇਸ ਲਗਾਈ ਹੈ ਜਿਹੜੀ ਆਪਾਂ ਗਲੇ 'ਤੇ ਲਗਾਈ ਆ। ਇਹ ਸੂਟ ਦੀ ਫੁੱਲ ਲੋਕ ਆ ਜਿਹੜੀ ਕੰਪਲੀਟ ਹੁੰਦੀ ਆ। ਬਾਕੀ ਪੁੱਤਰ ਡੰਮੀ 'ਤੇ ਪਾ ਦਿਓ, ਡੰਮੀ 'ਤੇ ਪਾ ਕੇ ਦਿਖਾ ਦਿੰਦੇ ਹਾਂ ਵੀ ਕਿੱਦਾਂ ਦਾ ਲੱਗ ਰਿਹਾ। ਲਓ ਬਈ ਸੂਟ ਆਪਣਾ ਹੋ ਗਿਆ ਤਿਆਰ, ਹੁਣ ਤੁਹਾਨੂੰ ਡੰਮੀ 'ਤੇ ਪਾ ਕੇ ਦਿਖਾਤਾ ਮੈਂ, ਠੀਕ ਆ। ਦੇਖ ਸਕਦੇ ਤੁਸੀਂ ਚਨੂਨ ਦਾ ਇਹ ਦੁਪੱਟਾ ਗਾ, ਇਹਦੇ ਉੱਪਰ ਬਹੁਤ ਜ਼ਿਆਦਾ ਸੋਹਣੀ ਲੇਸ ਲੱਗੀ ਹੋਈ ਆ ਬਈ, ਅਤੇ ਆਹ ਸਲਵਾਰ ਆ, ਠੀਕ ਆ। ਸਲਵਾਰ 'ਤੇ ਤੁਸੀਂ ਵਰਕ ਦੇਖ ਲਓ, ਚੈੱਕ ਕਰ ਲਓ ਬਈ, ਸਲਵਾਰ ਦੇ ਉੱਪਰ ਵਰਕ, ਠੀਕ ਆ, ਕੀਤਾ ਹੋਇਆ ਗਾ। ਅਤੇ ਆਹ ਵਾਲਾ ਸੂਟ ਆ ਜਿਹੜਾ ਆਪਣਾ ਫੁੱਲ ਕੰਪਲੀਟ ਹੋ ਗਿਆ, ਹੁਣ ਆਪਾਂ ਇਹਨੂੰ ਭੇਜਣਾ ਗਾ, ਠੀਕ ਹੈ, ਕੋਰੀਅਰ ਕਰਨਾ ਗਾ ਪੁੱਤੇ ਨੂੰ, ਪੈਕ ਕਰ ਦਿਓ ਹੁਣ। ਪਰ ਪਹਿਲਾਂ ਇੰਸਟਾਗ੍ਰਾਮ ਵਾਸਤੇ ਫੋਟੋ ਅਤੇ ਵੀਡੀਓ ਬਣਾ ਲਈਏ, ਹੈ ਨਾ। ਮੈਂ ਤੁਹਾਨੂੰ ਆਪ ਹੀ ਕਹਿਣੀ ਨੇ, ਮੈਂ ਤੂੰ ਪੁੱਛ ਕੇ ਕਰ ਲਿਆ ਕਰੋ ਸਾਰਾ ਕੰਮ, ਕਿਉਂਕਿ ਬਾਅਦ 'ਚ ਪਟਨਾ, ਇਹ ਤੇਰੀ ਖਾਸੀਅਤ ਆ, ਚੰਗੀ ਗੱਲ ਹੈ ਇਹ ਤੇਰੀ, ਤੂੰ ਜ਼ਿੰਦਗੀ ਦੇ ਵਿੱਚ ਫਿਰ ਇਹ ਬਹੁਤ ਕੰਮ ਆਊਗੀ ਇਹ ਗੱਲ ਗਗਨ। ਹਾਂ ਲਿਆ ਵੇ ਇਹਦੀ ਚੁੰਨੀ ਤਾਂ ਗੋਲਡਨ ਲੈਸ ਲਾਵਾਂਗੇ ਇੱਕ ਵਾਰੀ, ਹੈਂਡ ਵਰਕ ਵਾਲਾ ਸੂਟ ਤਿਆਰ ਹੋਇਆ ਗਾ, ਦੇਖ ਸਕਦੇ ਹੋ ਤੁਸੀਂ ਪ੍ਰੋਪਰ, ਠੀਕ ਆ। ਅਤੇ ਨਾਲੇ ਆਹ ਦੇਖੋ ਤੁਸੀਂ, ਠੀਕ ਆ, ਮੋਰ ਪੰਖੇ ਸੂਟ ਤਿਆਰ ਹੋਇਆ ਹੋਇਆ ਗਾ, ਇੱਥੇ ਮੋਰ ਬਣੇ ਹੋਏ ਆ, ਕਲਰ ਮੋਰ ਪੰਖੇ ਆ ਬਣੇ ਨੇ ਇਹਦੇ ਉੱਤੇ ਮੋਰ, ਠੀਕ ਆ। ਤਾਂ ਤੁਸੀਂ ਇਹ ਵਾਲਾ ਵੀ ਜਿਹੜਾ ਹੈਗਾ ਗਾ ਸੂਟ ਤਿਆਰ ਕਰਵਾ ਸਕਦੇ ਹੋ ਕਿਸੇ ਵੀ ਕਲਰ 'ਤੇ। ਬਾਕੀ ਕੱਲ੍ਹ ਨੂੰ ਡੰਮੀ 'ਤੇ ਪਾ ਕੇ, ਹੈ ਨਾ, ਵਿਧ ਦੁਪੱਟਾ ਤੁਹਾਨੂੰ ਫੁੱਲ ਡਿਟੇਲ ਦਿਖਾ ਦੂੰਗੀ। ਪਿਓਰ ਕਰੇਪ 'ਤੇ ਬਣਿਆ ਹੋਇਆ ਸੂਟ ਆ, ਇਹਨੂੰ ਵੀ ਪੁੱਤ ਇੱਕ ਵਾਰੀ ਪੈਕ ਕਰ ਦਿਉ। ਅਤੇ ਆ ਜਿਹੜਾ ਖੱਟਾ ਮਿੱਠਾ ਭੁਜੀਆ ਗਾ ਬੀਕਾਨੇਰ ਵਾਲਾ, ਇਹਨੂੰ ਸਾਈਡ 'ਤੇ ਰੱਖ ਦਿਉ ਮੈਮ। ਅਤੇ ਚਾਹ ਗਰਮ ਕਰ ਲਓ, ਚਾਹ ਪੀ ਲਈਏ, ਸਮਾਨ ਸਾਰੇ ਖਿੰਡਿਆ ਪਿਆ ਅੱਜ, ਮਾੜਾ ਦੇਖ ਲਿਆ ਸਾਰਾ, ਸਾਫ਼ ਸਫਾਈ ਜੀ ਕਰ ਲਈਏ। ਵੀਰਪਾਲ ਮੇਰੀ ਸੋਹਣੀ ਪੁੱਤਰੀ, ਮੈਨੂੰ ਗਲਾਸ 'ਚ ਚਾਹ ਪਾ ਕੇ ਦੇ ਦੇ ਬਾਈ, ਕੱਪ 'ਚ ਬਾਅਦ ਚਾਹ ਦੇ ਦੇ ਬਸ। ਲਓ ਬਾਈ, ਕੰਮ ਜਿਹੜੇ ਹੈਗੇ ਸੀਗੇ ਅੱਜ ਦੇ ਦਿਨ ਦੇ ਆਪਣੇ ਸਾਰੇ ਕੰਪਲੀਟ ਹੋ ਗਏ ਆ, ਠੀਕ ਹੈ। ਅਤੇ ਹੁਣ ਕੱਲ੍ਹ ਨੂੰ ਆਪਾਂ ਬਰਥਡੇ ਦੀ ਤਿਆਰੀ ਕਰਨੀ ਆ, ਅਤੇ ਕਿਉਂਕਿ ਸੂਟ ਤਾਂ ਸਾਰੇ ਹੀ ਹੈਵੀ ਨੇ, ਜਿੰਨੇ ਵੀ ਸੂਟ ਹੈਗੇ ਨੇ ਸਰਦੀਆਂ ਵਾਲੇ ਨੇ ਉਹ, ਮੈਨੂੰ ਤਾਂ ਨਹੀਂ ਲੱਗਦਾ ਵੀ ਮੈਂ ਇੰਨੀ ਗਰਮੀ ਦੇ ਵਿੱਚ ਸੂਟ ਪਾ ਸਕਦੀ ਹਾਂ, ਮੇਰੇ ਤੋਂ ਸ਼ਾਇਦ ਹੀ ਪਵੇ ਇੰਨਾ ਹੈਵੀ ਸੂਟ। ਤਾਂ ਸੋਚਦੇ ਹਾਂ ਵੀ ਕੀ ਕਿਹੜੀ ਡਰੈਸ ਪਾ ਕੇ ਜਾਣੀ ਹੈ ਜਾਂ ਕਿੱਦਾਂ ਦਾ, ਹੈ ਨਾ, ਉਹ ਦੇਖਦੇ ਹਾਂ ਆਪਾਂ। ਮੌਕੇ 'ਤੇ ਵੈਸੇ ਤਿਆਰ ਤਾਂ ਕਰ ਸਕਦੇ ਹਾਂ, ਪਰ ਦੇਖਦੇ ਹਾਂ ਫਿਰ ਵੀ ਸੋਚਦੀ ਹਾਂ ਹਜੇ ਮੈਂ ਵੀ ਕੀ ਕਰਨਾ ਗਾ, ਕਿਵੇਂ ਕਰਨਾ ਗਾ। ਅਤੇ ਕੱਲ੍ਹ ਨੂੰ ਸਾਡੇ ਨਾਲ ਵੀ ਇਹ ਤੋਂ ਸੋਚਦੇ ਹਾਂ ਵੀ ਕਿਹਨੂੰ ਨਾਲ ਲੈ ਕੇ ਜਾਈਏ। ਗਗਨ ਦੱਸਦੀ ਮੈਨੂੰ ਸ਼ਾਮ ਨੂੰ ਜਾ ਕੇ ਪੁੱਤਰ, ਹੈ ਨਾ। ਅਤੇ ਬਾਕੀ ਜੁਝਾਰ ਸੌਂ ਗਿਆ, ਅਤੇ ਗਗਨ ਪਹਿਲੀ ਵਾਰ, ਗਗਨ ਪਹਿਲੀ ਵਾਰ ਗਿਆ ਸੀ ਤੂੰ ਸਟਾਰਬਕ, ਹੈਂ, ਕਿਵੇਂ ਲੱਗੀ ਤੈਨੂੰ ਕੌਫੀ? ਬਹੁਤ ਜ਼ਿਆਦਾ ਵਧੀਆ ਲੱਗੀ। ਗਗਨ ਗਈ ਸੀ ਪਹਿਲੀ ਵਾਰ ਸਟਾਰਬਕ, ਸਟਾਰਬਕ ਦੇ ਨਾਮ ਤੋਂ ਜਿਵੇਂ ਅੱਜ ਪਹਿਲੀ ਵਾਰ ਗਏ, ਹੈ ਨਾ। ਜਦੋਂ ਮੈਂ ਪਹਿਲੀ ਵਾਰ ਗਈ ਸੀਗੀ ਨਾ, ਮੈਨੂੰ ਐਵੇਂ ਲੱਗਦਾ ਹੁੰਦਾ ਸੀ ਵੀ ਸਟਾਰਬਕ ਕੀ ਆ, ਇਹ ਹੁੰਦਾ ਸਾਰੀਆਂ ਸਾਰੇ ਜਿੰਨੀ ਵੀ ਆਪਾਂ ਆਮ ਜੇ ਘਰਾਂ ਦੀਆਂ ਕੁੜੀਆਂ ਗੀਆਂ ਜਾਂ ਮਿਹਨਤ ਕਰਕੇ ਹੁਣ ਅੱਗੇ ਵਧੇ ਹਾਂ ਆਪਾਂ, ਹੈ ਨਾ, ਫਿਰ ਐਂ ਹੁੰਦਾ ਆਪ ਕਮਾਈ ਕਰਕੇ ਜਾਂਦੇ ਹਾਂ, ਠੀਕ ਆ। ਇਹ ਚੀਜ਼ 'ਚ ਬਹੁਤ ਫਰਕ ਹੁੰਦਾ ਗਾ, ਇਹ 'ਚ ਖੁਸ਼ੀ ਬੜੀ ਮਹਿਸੂਸ ਹੁੰਦੀ ਆ, ਜਿਵੇਂ ਜਦੋਂ ਮੈਂ ਗਈ ਸੀ ਉਦੋਂ ਵੀ, ਹੈ ਨਾ। ਤਾਂ ਮੈਨੂੰ ਤਾਂ ਇੰਨੀ ਕੁ ਜ਼ਿਆਦਾ ਖੁਸ਼ੀ ਹੋਈ ਸੀਗੀ ਵੀ ਯਾਰ ਵੀ ਮੈਂ ਵੀ ਇੱਥੇ ਆਈ ਹਾਂ, ਕਿਉਂਕਿ ਮੈਂ ਦੇਖਦੀ ਹੁੰਦੀ ਸੀ ਲੋਕਾਂ ਨੂੰ। ਪਹਿਲਾਂ ਤਾਂ ਮੈਨੂੰ ਐਂ ਪਤਾ ਹੀ ਨਹੀਂ ਸੀ ਹੁੰਦਾ ਵੀ ਸਟਾਰਬਕ ਹੁੰਦਾ ਕੀ ਆ, ਠੀਕ ਆ, ਜਾਂ ਕੌਫੀ ਬੀਨ ਕੀ ਹੁੰਦਾ ਗਾ, ਠੀਕ ਆ, ਕੁਛ ਵੀ ਆ। ਮੈਂ ਦੇਖਦੀ ਹੁੰਦੀ ਸੀ ਲੋਕਾਂ ਨੂੰ, ਜਿਵੇਂ ਲੋਕ ਜਾਂਦੇ ਆ ਚੰਡੀਗੜ੍ਹ ਜਾਂਦੇ ਹੁੰਦੇ ਸੀ ਲੋਕ, ਤਾਂ ਉੱਥੇ ਸਟਾਰਬਕ ਜਾਂਦੇ ਆ ਲੋਕ, ਠੀਕ ਆ, ਤਾਂ ਉੱਥੇ ਖਾਂਦੇ ਪੀਂਦੇ ਆ। ਕੌਫੀ ਦੇ ਵਿੱਚ ਇਹੋ ਜਿਹੀ ਕੀ ਚੀਜ਼ ਹੁੰਦੀ ਆ ਜਿਹੜੀ ਉਹਨਾਂ ਦੀ, ਉਹਨੂੰ ਬ੍ਰਾਂਡ ਮੰਨਿਆ ਜਾਂਦਾ ਗਾ, ਉਹ ਬ੍ਰਾਂਡ ਆ ਇੱਕ, ਹੈ ਨਾ, ਜਾਂ ਕੌਫੀ ਇੰਨੀ ਮਹਿੰਗੀ ਕਿਵੇਂ ਆ, ਸਭ ਕੁਛ ਹੀ ਚੀਜ਼ ਐਡ ਹੋ ਜਾਂਦੀ ਆ। ਤਾਂ ਮੈਨੂੰ ਇੱਕ ਬਹੁਤ ਵੱਡਾ ਹੋਊਗਾ ਲੱਗਦਾ ਹੁੰਦਾ ਸੀ ਇਹ, ਮਤਲਬ ਮੈਂ ਇਹ ਕਹਿੰਦੀ ਹੁੰਦੀ ਸੀ ਵੀ ਇਹ ਕਿੰਨੀ ਕੁ ਮਹਿੰਗੀ ਹੋਊਗੀ, ਜਾਂ
ਕਿੱਡੀ ਕੁ ਵੱਡੀ ਚੀਜ਼ ਹੋਊਗੀ ਵੀ ਉੱਥੇ ਜਾਣਾ, ਕੌਫੀ ਪੀਣਾ, ਜਿਵੇਂ ਉੱਥੇ ਲੋਕ ਬੈਠਦੇ ਆ, ਵੀ ਕਦੇ ਵੀ ਮੈਂ ਜਾਊਂਗੀ ਉੱਥੇ ਬੈਠ ਕੇ ਵੀ ਆਪਦੀ ਕਮਾਈ ਕਰਕੇ, ਹੈ ਨਾ, ਜਾਂ ਉੱਥੇ ਕੌਫੀ ਪੀ ਲੂੰਗੀ ਮੈਂ ਉਹ ਜਗ੍ਹਾ 'ਤੇ, ਹੈ ਨਾ। ਤਾਂ ਇਹ ਚੀਜ਼ ਹੁੰਦੀ ਹੈ ਹਮੇਸ਼ਾ, ਇਹ ਹਰ ਇੱਕ ਬੰਦੇ ਨਾਲ ਹੀ ਹੁੰਦੀ ਆ। ਅਤੇ ਬਟ ਉਹਦੇ ਵਿੱਚ ਜ਼ਿਆਦਾ ਆਪਾਂ ਨੂੰ ਠੀਕ ਹੈ ਵਧੀਆ ਲੱਗਦਾ ਗਾ ਜਦੋਂ ਆਪਾਂ ਆਪ ਕਮਾ ਕੇ ਸਾਰੇ ਸੁਪਨੇ ਆਪਦੇ ਪੂਰੇ ਕਰਦੇ ਹਾਂ, ਠੀਕ ਆ। ਜਿਹੜੀਆਂ ਚੀਜ਼ਾਂ ਆਪਾਂ ਦੇਖਦੇ ਹਾਂ ਉਹ ਚੀਜ਼ਾਂ ਆਪਾਂ ਵੀ ਕਰਨ ਲੱਗ ਜਾਂਦੇ ਹਾਂ, ਇਹ ਬਹੁਤ ਵੱਡੀ ਚੀਜ਼ ਆ। ਜਿਵੇਂ ਹੁਣ ਸਟਾਰਬਕ, ਪਹਿਲਾਂ ਮੈਨੂੰ ਇਹ ਲੱਗਦਾ ਹੁੰਦਾ ਸੀ ਮੈਂ ਵਗ ਜੂੰ, ਤਾਂ ਹੁਣ ਮੈਂ ਆਪਦੇ ਜਿਹੜੀ ਮੇਰੀ ਸਟਰੈਂਥ ਆ ਮੇਰੇ, ਠੀਕ ਆ, ਮੇਰੇ ਕੋਲ ਕੰਮ ਕਰਦੇ ਆ, ਮੈਂ ਉਹਨਾਂ ਨੂੰ ਵੀ ਲੈ ਜਾਂਦੀ ਹਾਂ। ਤਾਂ ਮੇਰੇ ਲਈ ਇਹ ਬਹੁਤ ਵੱਡੀ ਗੱਲ ਆ, ਮੈਨੂੰ ਲੱਗਦਾ ਹੁੰਦਾ ਵੀ ਸਾਰਿਆਂ ਨੂੰ ਹੀ ਜਾਣਾ ਚਾਹੀਦਾ, ਠੀਕ ਆ। ਤਾਂ ਮੈਂ ਸੋਚਦੀ ਹੁੰਦੀ ਹਾਂ ਵੀ ਮੈਨੂੰ ਬਾਬਾ ਜੀ ਵੀ ਤੁਸੀਂ ਮੈਨੂੰ ਇੰਨਾ ਕਹੋ ਰੱਖਿਓ ਵੀ ਇਹ ਸਾਰੇ ਜਵਾਕ ਵੀ ਆਪਦੇ ਸੁਪਨੇ ਪੂਰੇ ਕਰ ਲੈਣ, ਹੈ ਨਾ। ਮਤਲਬ ਕਿ ਸਾਰਿਆਂ ਨੂੰ ਹੱਕ ਆ ਯਾਰ ਜੀਣ ਦਾ, ਸੁਪਨੇ ਪੂਰੇ ਕਰਨ ਦਾ, ਹੈ ਨਾ। ਤਾਂ ਇਹ ਛੋਟੀਆਂ ਛੋਟੀਆਂ ਹੁੰਦੀ ਚੀਜ਼ ਛੋਟੀ ਜਿਹੀ ਆ, ਕੋਈ ਜ਼ਿਆਦਾ ਵੱਡੀ ਗੱਲ ਨਹੀਂ ਉਹ, ਪਰ ਗੱਲ ਕੀ ਹੁੰਦੀ ਜਦੋਂ ਆਪਾਂ ਚੀਜ਼ ਦੇਖਦੇ ਹਾਂ ਵੀ ਉਹ ਚੀਜ਼ ਵੀ ਆਪਾਂ ਕਰ ਲਾਂਗੇ, ਉੱਥੇ ਚੀਜ਼ ਆ ਜਾਂਦੀ ਆ। ਮੇਰੇ ਅਕੋਰਡਿੰਗ ਵੀ ਪੈਸੇ ਇੰਨੇ ਕੁ ਤਾਂ ਪੈਸੇ ਆਪਣੇ ਕੋਲ ਵੈਸੇ ਵੀ ਹੁੰਦੇ ਆ, ਪਰ ਗੱਲ ਕੀ ਹੁੰਦਾ ਆਪਾਂ ਆਪਦੀ ਸਿਚੁਏਸ਼ਨ ਦੇਖਦੇ ਹਾਂ ਵੀ ਆਹ ਪੈਸੇ ਆਪਾਂ ਇੱਥੇ ਖਰਾਬ ਕਿਉਂ ਕਰਨੇ, ਕਿਉਂਕਿ ਸ਼ੌਂਕ ਦਾ ਤਾਂ ਕਹਿੰਦੇ ਹੁੰਦੇ ਆ ਕੋਈ ਮੁੱਲ ਨਹੀਂ ਹੁੰਦਾ। ਪਰ ਆਪਾਂ ਨੂੰ ਲੱਗਦਾ ਹੁੰਦਾ ਵੀ ਆਹ ਪੈਸੇ ਆਪਾਂ ਇੱਥੇ ਖਰਾਬ ਨਾ ਕਰੀਏ, ਆਹ ਪੈਸੇ ਆਪਾਂ ਜੇ ਕਿਤੇ ਹੋਰ ਯੂਜ਼ ਕਰ ਲਈਏ ਜ਼ਿਆਦਾ ਵਧੀਆ। ਪਰ ਜਦੋਂ ਆਪਾਂ ਸੋਚੀਏ ਵੀ ਠੀਕ ਆ ਵੀ ਹਾਂ ਨਹੀਂ ਯਾਰ ਵੀ ਮੈਂ ਹੁਣ ਜਾ ਸਕਦਾ, ਵੀ ਹੁਣ ਜੇ ਪੈਸੇ ਮੇਰੇ ਕੋਲ ਹੈਗੇ ਵੀ ਮੈਂ ਹੋਰ ਥਾਂ ਵੀ ਲਾ ਸਕਦਾ ਅਤੇ ਮੈਂ ਆਪਦਾ ਸ਼ੌਂਕ ਵੀ ਪੂਰਾ ਕਰ ਸਕਦਾ। ਅਤੇ ਛੋਟੀਆਂ ਛੋਟੀਆਂ ਚੀਜ਼ਾਂ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਆਪਾਂ ਪੂਰੀਆਂ ਕਰ ਲੈਂਦੇ ਆ ਬੰਦਾ, ਠੀਕ ਆ। ਹਰ ਇੱਕ ਬੰਦਾ ਮਿਹਨਤੀ ਹੋਣਾ ਚਾਹੀਦਾ, ਜੇ ਮਿਹਨਤੀ ਹੋਊਂਗੇ ਤਾਂ ਜ਼ਰੂਰ ਕਰੋਂਗੇ ਇੱਕ ਨਾ ਇੱਕ ਦਿਨ। ਪਰ ਇੰਨੀ ਕੁ ਗੱਲ ਸੀ ਬਈ, ਜਿੰਨਾ ਟਾਈਮ ਮੈਂ ਆਪਦੇ ਪੈਰਾਂ 'ਤੇ ਖੜੀ ਨਹੀਂ ਹੋਈ, ਠੀਕ ਆ, ਜਾਂ ਮੈਂ ਆਪਦੇ ਪੈਰਾਂ 'ਤੇ ਖੜੀ ਨਹੀਂ ਹੋਈ, ਠੀਕ ਆ, ਆਪ ਕਮਾਈ ਨਹੀਂ ਕੀਤੀ, ਆਪ ਨੂੰ ਲੱਗਿਆ ਨਹੀਂ, ਠੀਕ ਆ, ਆਪ ਕੁਛ ਕਰਕੇ ਨਹੀਂ ਵੇਖਿਆ, ਤਾਂ ਉਨਾ ਟਾਈਮ ਮੈਂ ਇਹ ਚੀਜ਼ਾਂ 'ਤੇ ਜਮ੍ਹਾਂ ਵੀ ਧਿਆਨ ਨਹੀਂ ਦਿੱਤਾ ਵੀ ਯਾਰ ਮੈਂ ਸਟਾਰਬਕ ਜਾਣਾ ਜਾਂ ਕੌਫੀ ਪੀਣ ਜਾਣਾ ਜਾਂ ਅਸੀਂ ਆਊਟਲੈਟ ਘੁੰਮਣਾ ਗਾ ਜਾਂ ਅਸੀਂ ਆਹ ਚੀਜ਼ ਲੈਣੀ ਆ। ਮੈਂ ਹਮੇਸ਼ਾ ਇਹ ਚੀਜ਼ ਸੋਚੀ ਸੀ ਵੀ ਨਹੀਂ ਯਾਰ ਵੀ ਜਿੰਨੀ ਚਾਦਰ ਆ ਉਨੇ ਪੈਰ ਪਸਾਰਨੇ ਚਾਹੀਦੇ ਆ ਬੰਦੇ ਨੂੰ, ਵੀ ਆਪ ਮਿਹਨਤ ਕਰਾਂਗੇ, ਆਪ ਕਮਾਵਾਂਗੇ ਤਾਂ ਕਿਤੇ ਮਰਜ਼ੀ ਜਾਈਏ, ਪਰ ਜਿੰਨਾ ਟਾਈਮ ਆਪਣਾ ਟਾਈਮ ਸਾਥ ਨਹੀਂ ਦਿੰਦਾ ਬਿਨਾਂ ਗੱਲ ਤੋਂ, ਠੀਕ ਆ। 1000 ਰੁਪਇਆ ਤਾਂ ਉਦੋਂ ਵੀ ਮੇਰੇ ਕੋਲ ਹੁੰਦਾ ਹੀ ਸੀਗਾ, ਪਰ ਨਹੀਂ, ਮੈਂ ਕਹਿੰਦੀ ਸੀ ਵੀ ਇਹ ਪੈਸਾ ਮੈਂ ਇੱਥੇ ਸਟਾਰਬਕ 'ਤੇ ਕਿਉਂ ਲਾਵਾਂ ਬਈ, ਜਦੋਂ ਮੈਂ ਉਨੀ ਕਾਲੀ ਹੋਈ ਤਾਂ ਆਪਾਂ ਜ਼ਰੂਰ ਕਰਾਂਗੇ, ਠੀਕ ਆ। ਤਾਂ ਅੱਜ ਮੈਨੂੰ ਇੱਕ ਖੁਸ਼ੀ ਜੀ ਮਹਿਸੂਸ ਹੋ ਰਹੀ ਆ ਵੀ ਠੀਕ ਆ, ਹਰ ਇੱਕ ਬੰਦੇ ਨੂੰ ਹੁੰਦੀ, ਹਰ ਇੱਕ ਕੁੜੀ ਨੂੰ ਹੀ ਹੁੰਦੀ ਹੋਣੀ ਇਹ ਖੁਸ਼ੀ ਮਹਿਸੂਸ, ਤਾਂ ਹੋਣੀ ਵੀ ਚਾਹੀਦੀ ਹੈ, ਇੰਨੀ ਕੁ ਖੁਸ਼ੀ ਤਾਂ ਬਣਦੀ ਆ, ਠੀਕ ਆ। ਤਾਂ ਮਿਹਨਤ ਕਰੋ ਬਾਈ, ਬਹੁਤ ਅੱਗੇ ਜਾਓ। ਸਟਾਰਬਕ ਵਾਲੀਆਂ ਚੀਜ਼ਾਂ ਤਾਂ ਬਹੁਤ ਛੋਟੀਆਂ ਨੇ, ਕੌਫੀ ਪੀਣ ਵਾਲੀਆਂ ਚੀਜ਼ਾਂ ਤਾਂ ਬਹੁਤ ਛੋਟੀਆਂ ਨੇ, ਜਿਹੜੀਆਂ ਚੀਜ਼ਾਂ ਵੱਡੀਆਂ ਨੇ ਆਪਦੇ ਸੁਪਨੇ ਪੂਰੇ ਕਰੋ, ਜੋ ਵੀ ਤੁਹਾਡਾ ਏਮ ਆ, ਠੀਕ ਆ, ਉੱਥੇ ਸਟੈਂਡ ਕਰੋ, ਬਸ ਇੰਨੀ ਕੁ ਗੱਲ ਸੀ। ਇਹ ਸੀਗਾ ਆਪਣਾ ਅੱਜ ਦਾ ਵਲੋਗ, ਮਿਲਾਂਗੇ ਹੁਣ ਆਪਾਂ ਕੱਲ੍ਹ ਨੂੰ ਬਰਥਡੇ ਵਾਲੇ ਵਲੋਗ ਦੇ ਵਿੱਚ, ਬਣੇ ਰਹੋ ਮੇਰੇ ਵਲੋਗ ਦੇ ਨਾਲ, ਚੈਨਲ ਨੂੰ ਸਬਸਕ੍ਰਾਈਬ ਕਰਿਓ, ਠੀਕ ਹੈ, ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਦਾ ਲੱਗਿਆ, ਸ਼ੇਅਰ ਕਰਿਓ, ਲਾਈਕ ਕਰਿਓ। ਥੈਂਕ ਯੂ, ਬਾਏ ਬਾਏ।